ਲਓ ਜੀ, ਅੱਜ ਮੇਰੇ ਵੀਰਾਂ ਵਾਸਤੇ ਲੈ ਕੇ ਆ ਗਏ ਹਾਂ ਜੀ ਸਕਾਰਪੀਓ ਕਲਾਸਿਕ S11 ਅਤੇ ਸਕਾਰਪੀਓ N ਦਾ ਸਟੋਕ ਜੀ। ਸੋ ਤੁਹਾਨੂੰ ਦਿਖਾਉਂਦੇ ਹਾਂ ਕਿਹੜੇ ਕਿਹੜੇ ਮਾਡਲ ਦੀਆਂ ਆਪਣੇ ਕੋਲ ਸਕਾਰਪੀਓ N ਅਤੇ ਸਕਾਰਪੀਓ ਕਲਾਸਿਕ S11 ਖੜੀਆਂ ਜੀ। ਸੋ ਕਰਦੇ ਹਾਂ ਵੀਡੀਓ ਨੂੰ ਸਟਾਰਟ ਜੀ। ਲਓ ਜੀ, PB05 ਨੰਬਰ ਆ ਗਈ ਹੈ ਜੀ ਆਪਣੇ ਕੋਲ ਸਕਾਰਪੀਓ ਕਲਾਸਿਕ S11। ਸੋ ਇਹ ਆ ਗਈ ਹੈ ਜੀ 24 ਮਾਡਲ, ਬਾਕੀ ਰੇਟ ਲਿਸਟ ਤੁਸੀਂ ਦੇਖ ਸਕਦੇ ਹੋ। 24 ਮਾਡਲ ਹੈ ਜੀ, 0 ਕਿਲੋਮੀਟਰ ਚੱਲੀ ਹੈ ਜੀ ਗੱਡੀ, ਏਜੰਸੀ ਤੋਂ ਸਿਰਫ ਇੱਥੇ ਤੱਕ ਆਈ ਹੈ ਆਪਣੇ ਕੋਲ। ਸੋ 21 ਲੱਖ ਇਹਦਾ ਰੇਟ ਹੈ, ਤੁਹਾਨੂੰ ਡਿਸਕਾਊਂਟ ਕਰਕੇ ਵਧੀਆ ਰੇਟ 'ਤੇ ਗੱਡੀ ਦੇ ਦੇਵਾਂਗੇ। ਸੋ ਫਸਟ ਓਨਰ ਕਾਰ ਆ ਜੀ ਇਹ। ਸੋ ਏਜੰਸੀ 'ਚ ਤੁਸੀਂ ਲੈਣ ਜਾਓਗੇ ਜੀ, 6 ਮਹੀਨੇ ਦੀ ਵੇਟਿੰਗ ਚੱਲ ਰਹੀ ਹੈ ਜੀ ਕਾਰ ਦੀ। ਸੋ ਇੱਥੇ ਤੁਹਾਨੂੰ ਨਾਲ ਦੀ ਨਾਲ ਕਾਰ ਮਿਲ ਜੂਗੀ, ਬਾਕੀ ਕੰਡੀਸ਼ਨ ਗੱਡੀ ਦੀ ਦੇਖ ਲਓ ਜੀ, ਵਿੱਚੋਂ ਬਿਲਕੁਲ ਕਲੀਨ ਕਾਰ ਹੈ ਜੀ, ਨੀਟ ਐਂਡ ਕਲੀਨ ਸਾਫ਼ ਕਾਰ ਹੈ, ਬਿਲਕੁਲ ਬ੍ਰਾਂਡ ਨਿਊ ਖੜੀ ਹੈ ਆਪਣੇ ਕੋਲ ਜੀ। ਸੋ ਬਾਕੀ ਤੁਹਾਡੇ ਸਾਹਮਣੇ ਆ ਜੀ ਜੋ ਵੀ ਗੱਡੀ ਦੀ ਕੰਡੀਸ਼ਨ ਹੈ, ਬੈਕ ਤੋਂ ਸੀਟਾਂ ਦੇਖ ਸਕਦੇ ਹੋ ਜੀ। ਸੋ ਇਹ ਕੈਪਟਨ ਸੀਟਾਂ ਵਿੱਚ ਆ ਜਾਂਦੀ ਹੈ ਜੀ, ਚੈੱਕ ਕਰ ਲਓ ਮੇਰੇ ਵੀਰ ਭਰਾ, ਨਜ਼ਰ ਮਾਰ ਲਓ, ਬਿਲਕੁਲ ਓਕੇ ਰਿਪੋਰਟ ਕਾਰ ਖੜੀ ਹੈ ਜੀ। ਬ੍ਰਾਂਡ ਨਿਊ ਟਾਇਰ ਹੈ ਗੱਡੀ ਦੇ ਜੀ, 0 ਕਿਲੋਮੀਟਰ ਹੈ, ਸਿਰਫ ਏਜੰਸੀ ਤੋਂ ਇੱਥੇ ਆਪਣੇ ਭੰਡਾਰੀ ਕਾਰ ਵਿਹਾਰ ਦੇ ਕਾਊਂਟਰ 'ਤੇ ਚੱਲ ਕੇ ਆਈ ਹੈ ਜੀ ਸਕਾਰਪੀਓ ਕਲਾਸਿਕ S11, PB05 ਨੰਬਰ ਲੱਗਾ ਹੋਇਆ ਜੀ ਕਾਰ ਨੂੰ। ਹੁਣ ਚੱਲਦੇ ਹਾਂ ਅਗਲੀ ਸਕਾਰਪੀਓ ਵੱਲ ਜੀ। ਸੋ ਵੀਡੀਓ ਨੂੰ ਦੇਖਦੇ ਮੇਰੇ ਵੀਰ ਭਰਾ ਇੱਦਾਂ ਲਾਈਕ ਕਰ ਦਿਓ, ਚਲਦੀ ਚਲਦੀ ਨੂੰ ਕਮੈਂਟ ਕਰ ਦਿਓ ਅਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜੀ। ਇੱਦਾਂ ਹੀ ਤੁਹਾਨੂੰ ਨਵੀਆਂ ਵੀਡੀਓ ਲੈ ਕੇ ਮਿਲਦੇ ਰਹਾਂਗੇ ਜੀ। ਲਓ ਜੀ ਅੱਗੇ ਆ ਗਈ ਹੈ ਜੀ PB11 ਆ ਗਈ ਆ ਜੀ, 7731 ਨੰਬਰ ਲੱਗਾ ਹੋਇਆ ਜੀ ਗੱਡੀ ਨੂੰ। ਸੋ ਇਹ ਆ ਗਈ ਹੈ ਜੀ ਆਪਣੇ ਕੋਲ ਸਕਾਰਪੀਓ ਕਲਾਸਿਕ S11 22 ਮਾਡਲ ਆ ਗਈ ਹੈ ਜੀ, 26,000 ਕਿਲੋਮੀਟਰ ਗੱਡੀ ਚੱਲੀ ਹੈ ਜੀ, 19,50,000 ਦੀ। ਸੋ ਇਹ ਵੀ ਤੁਹਾਨੂੰ ਆਪਾਂ ਵਧੀਆ ਰੇਟ 'ਚ ਦੇ ਦਾਂਗੇ ਕਾਰ। ਇਹਨੂੰ ਗੱਡੀ ਨੂੰ ਐਕਸਟਰਾ ਅਲੋਏ ਟਾਇਰ ਅਸੀਂ ਲਾਏ ਹੋਏ ਆ ਜੀ, ਐਕਸਟਰਾ ਅਲੋਏ ਟਾਇਰ ਗੱਡੀ ਨੂੰ ਲੱਗੇ ਹੋਏ ਆ ਜੀ ਨਾਲ। ਸੋ ਬਾਕੀ ਇਹ ਵੀ ਤੁਹਾਨੂੰ ਡਿਸਕਾਊਂਟ ਕਰਕੇ ਵਧੀਆ ਰੇਟ ਵਿੱਚ ਗੱਡੀ ਦੇ ਦੇਵਾਂਗੇ ਜੀ। ਕੰਡੀਸ਼ਨ ਤੁਹਾਨੂੰ ਵਿੱਚੋਂ ਦਿਖਾ ਦਿੰਦੇ ਆ ਜੀ, ਲੈਦਰ ਦੀਆਂ ਸੀਟਾਂ ਲੱਗੀਆਂ ਹੋਈਆਂ ਜੀ, ਮੈਟ ਲੱਗੇ ਹੋਏ ਆ, ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਆ। ਸੋ ਤੁਹਾਨੂੰ ਕਾਰ ਦੀ ਗਰੰਟੀ ਨਾਲ ਦੇਵਾਂਗੇ ਜੀ ਲਿਖਤੀ ਰੂਪ ਵਿੱਚ, ਬਾਕੀ ਕੰਡੀਸ਼ਨ ਚੈੱਕ ਕਰ ਲਓ ਜੀ, ਬਿਲਕੁਲ ਨੀਟ ਐਂਡ ਕਲੀਨ ਸਾਫ਼ ਕਾਰ ਖੜੀ ਹੈ ਜੀ ਆਪਣੇ ਕੋਲ। ਐਂਡ ਬੈਕ ਤੋਂ ਦੇਖ ਸਕਦੇ ਹੋ ਜੀ ਮੈਟ ਲੱਗੇ ਹੋਏ ਆ, ਸੀਟਾਂ ਦੀ ਕੰਡੀਸ਼ਨ ਬਿਲਕੁਲ ਓਕੇ ਆ ਜੀ, ਐਨ ਪੂਰੀਆਂ ਸਾਫ਼ ਸੀਟਾਂ ਆ ਜੀ। ਸੋ ਬਾਕੀ ਬੈਕ ਤੋਂ ਦੇਖ ਲਓ ਜੀ ਗੱਡੀ ਦੀ ਲੁੱਕ, ਸਕਾਰਪੀਓ ਕਲਾਸਿਕ S11 PB11 ਨੰਬਰ ਲੱਗਾ ਜੀ, ਪਟਿਆਲਾ ਨੰਬਰ ਲੱਗਾ ਹੋਇਆ ਗੱਡੀ ਨੂੰ। ਹੁਣ ਚੱਲਦੇ ਹਾਂ ਜੀ ਅਗਲੀ ਕਾਰ ਵੱਲ। ਲਓ ਜੀ ਅੱਗੇ ਆ ਗਿਆ ਜੀ ਬੇਸ ਮਾਡਲ ਸਕਾਰਪੀਓ ਕਲਾਸਿਕ ਆ ਗਿਆ ਜੀ, ਬੇਸ ਮਾਡਲ ਅਲੋਏ ਟਾਇਰ ਐਕਸਟਰਾ ਇਹਨੂੰ ਲਾਏ ਹੋਏ ਆ ਜੀ, ਬਾਕੀ ਗੱਡੀ ਦੀ ਲੁੱਕ ਦੇਖ ਸਕਦੇ ਹੋ ਅਲੋਏ ਟਾਇਰਾਂ ਨਾਲ ਘੈਂਟ ਲੁੱਕ ਲੱਗ ਰਹੀ ਹੈ ਜੀ, ਸਕਾਰਪੀਓ ਕਲਾਸਿਕ S ਆ ਗਿਆ ਜੀ ਬੇਸ ਮਾਡਲ। ਸੋ ਇਹ ਆਏ ਆ ਜੀ 24 ਮਾਡਲ ਹੈ ਜੀ, ਸਿਰਫ 214 ਕਿਲੋਮੀਟਰ ਗੱਡੀ ਚੱਲੀ ਆ ਜੀ, 17,50,000 ਦੀ। ਸੋ ਇਹ ਵੀ ਤੁਹਾਨੂੰ ਵਧੀਆ ਰੇਟ ਵਿੱਚ ਡਿਸਕਾਊਂਟ ਕਰਕੇ ਗੱਡੀ ਦੇ ਦੇਵਾਂਗੇ ਜੀ, ਬਾਕੀ ਕੰਡੀਸ਼ਨ ਗੱਡੀ ਦੀ ਤੁਹਾਡੇ ਸਾਹਮਣੇ ਆ, ਵਿੱਚੋਂ ਨਿਗਾਹ ਮਾਰ ਲਓ ਮੇਰੇ ਵੀਰ ਭਰਾ, ਬਿਲਕੁਲ ਓਕੇ ਰਿਪੋਰਟ ਕਾਰ ਆ, ਆਂਡਾ ਪੀਸ ਕਾਰ ਆ ਜੀ, ਅਨਟੱਚ ਕਾਰ ਆ, ਬਾਕੀ ਦੇਖ ਸਕਦੇ ਹੋ ਗੱਡੀ ਦੀ ਕੰਡੀਸ਼ਨ ਅੰਦਰੋਂ। ਸੋ ਇਹਦੇ ਵਿੱਚ ਦੂਸਰੀਆਂ ਸੀਟਾਂ ਆ ਜਾਂਦੀਆਂ, ਇਹਦੇ ਵਿੱਚ ਕੈਪਟਨ ਸੀਟਾਂ ਨਹੀਂ ਆਉਂਦੀਆਂ, ਇਹ ਬੇਸ ਮਾਡਲ ਹੈ ਜੀ। ਲਓ ਜੀ ਬਾਕੀ ਬੈਕ ਤੋਂ ਦੇਖ ਲਓ ਜੀ, ਸੋ ਇਹਦੇ ਵਿੱਚ ਫੋਲਡਿੰਗ ਵਾਲੀਆਂ ਸੀਟਾਂ ਆ ਜਾਂਦੀਆਂ ਜੀ, ਨਜ਼ਰ ਮਾਰ ਲਓ ਮੇਰੇ ਵੀਰ ਭਰਾ ਜੀ ਜਿਹੜੇ ਜਿਹੜੇ ਆਪਾਂ ਨੂੰ ਬਾਚ ਕਰ ਰਹੇ ਆ। ਵੀਡੀਓ ਨੂੰ ਲਾਈਕ ਕਰ ਦਿਓ, ਚਲਦੀ ਚਲਦੀ ਨੂੰ ਸ਼ੇਅਰ ਕਰ ਦਿਓ, ਕਮੈਂਟ ਕਰ ਦਿਓ ਜੀ, ਤਾਂ ਕਿ ਤੁਹਾਡਾ ਵੀਰ ਹੋਰ ਤੁਹਾਡੇ ਲਈ ਵਧੀਆ ਵਧੀਆ ਵੀਡੀਓ ਲੈ ਕੇ ਆ ਸਕੇ ਜੀ। ਲਓ ਜੀ ਬਾਕੀ ਦੇਖ ਸਕਦੇ ਹੋ ਟਾਇਰ, ਦੇਖ ਸਕਦੇ ਹੋ ਜੀ ਓਕੇ ਰਿਪੋਰਟ ਟਾਇਰ ਲੱਗੇ ਆ, ਬ੍ਰਾਂਡ ਨਿਊ ਟਾਇਰ ਆ ਜੀ, ਅਲੋਏ ਟਾਇਰ ਲੱਗੇ ਹੋਏ ਆ ਗੱਡੀ ਨੂੰ।
ਸੋ ਇਹ ਆ ਗਈ ਹੈ ਜੀ ਸਕਾਰਪੀਓ ਕਲਾਸਿਕ ਐਸ ਬੇਸ ਮਾਡਲ ਆ ਗਿਆ ਜੀ। ਸੋ ਇਹਦੇ ਫੁੱਟ ਰੈਸਟ ਵੀ ਲਾਏ ਹੋਏ ਆ ਜੀ। ਸੋ ਗੱਡੀ ਨੂੰ ਇਹਨੂੰ ਨੰਬਰ ਲੱਗਾ ਜੀ PP08 ਨੰਬਰ ਲੱਗਾ ਹੋਇਆ ਜੀ ਗੱਡੀ ਨੂੰ। ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਕਾਰ ਦੀ ਜੀ, ਬਿਲਕੁਲ ਅਨਟੱਚ ਕਾਰ ਖੜੀ ਹੈ ਜੀ ਆਪਣੇ ਕੋਲ। ਸੋ ਇਹ ਵੀ ਤੁਹਾਨੂੰ ਡਿਸਕਾਊਂਟ ਕਰਕੇ ਵਧੀਆ ਰੇਟ ਵਿੱਚ ਕਾਰ ਦੇ ਦੇਵਾਂਗੇ ਜੀ। ਅੱਗੇ ਚੱਲਦੇ ਹਾਂ ਜੀ, ਸਕਾਰਪੀਓ NZ8 ਲਗਜ਼ਰੀ ਟੌਪ ਮਾਡਲ ਆ ਗਿਆ ਜੀ ਸਕਾਰਪੀਓ ਦਾ। ਬਾਕੀ ਗੱਡੀ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਜੀ, ਬਲੈਕ ਕਲਰ ਔਰਬੇਸ ਘੈਂਟ ਆ ਜੀ। ਸੋ ਇਹ ਆ ਗਿਆ ਜੀ 22 ਮਾਡਲ ਆ ਗਿਆ ਜੀ ਸਕਾਰਪੀਓ NZ8L। ਸੋ ਇਹ ਟੌਪ ਵਾਲਾ ਮਾਡਲ ਹੈ ਜੀ, 22 ਮਾਡਲ ਹੈ। 11,000 ਕਿਲੋਮੀਟਰ ਓਨਲੀ ਗੱਡੀ ਚੱਲੀ ਹੈ ਜੀ। 23,10,000 ਇਹਦਾ ਰੇਟ ਹੈ ਜੀ। ਇਹ ਵੀ ਤੁਹਾਨੂੰ ਡਿਸਕਾਊਂਟ ਕਰਕੇ ਵਧੀਆ ਰੇਟ ਵਿੱਚ ਦੇ ਦੇਵਾਂਗੇ ਜੀ। ਸੋ ਬਾਕੀ ਗੱਡੀ ਦੀ ਕੰਡੀਸ਼ਨ ਤੁਹਾਨੂੰ ਇੱਕ ਵਾਰੀ ਦਿਖਾ ਦਿੰਦੇ ਹਾਂ ਜੀ। ਸਭ ਤੋਂ ਉੱਪਰ ਵਾਲਾ ਮਾਡਲ ਹੈ ਜੀ, ਇਹ ਪੁਸ਼ ਬਟਨ ਸਟਾਰਟ ਆ, ਆਟੋਮੈਟਿਕ ਕਾਰ ਆ ਜਿਹੜੀ ਮੇਨ ਗੱਲ ਹੈ ਜੀ। ਸੋ ਇਹਦੇ ਵਿੱਚ ਸਨਰੂਫ ਆ ਗਿਆ ਜੀ। ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਗੱਡੀ ਦੀ, ਦੇਖ ਸਕਦੇ ਹੋ। ਬਾਕੀ ਚੱਲੀ ਦੇਖ ਸਕਦੇ ਹੋ ਜੀ, 11,700 ਕੁਛ ਚੱਲੀ ਹੋਈ ਹੈ ਜੀ ਗੱਡੀ। ਸੋ ਇਹ ਵੀ ਤੁਹਾਨੂੰ ਆਪਾਂ ਡਿਸਕਾਊਂਟ ਕਰਕੇ ਵਧੀਆ ਰੇਟ ਵਿੱਚ ਕਾਰ ਦੇ ਦੇਵਾਂਗੇ। ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਗੱਡੀ ਦੀ ਜੀ, ਬਿਲਕੁਲ ਸਾਫ਼ ਨੀਟ ਐਂਡ ਕਲੀਨ ਕਾਰ ਆ ਜੀ। ਸੀਟ ਕਵਰ ਚੜ੍ਹੇ ਹੋਏ ਆ ਐਕਸਟਰਾ ਉੱਤੇ ਜੀ। ਲਓ ਜੀ ਕੰਡੀਸ਼ਨ ਦੇਖ ਲਓ ਗੱਡੀ ਦੀ, ਅੰਦਰੋਂ ਇੱਕ ਵਾਰੀ ਚੈੱਕ ਕਰ ਲਓ, ਬੈਕ ਤੋਂ ਚੈੱਕ ਕਰ ਲਓ ਜੀ ਮੇਰੇ ਵੀਰ ਭਰਾ। ਸੋ ਇਹ 7-ਸੀਟਰ ਵਿੱਚ ਕਾਰ ਆ ਗਈ ਹੈ ਜੀ। ਸੋ ਇਹ ਵੀ ਤੁਹਾਨੂੰ ਵਧੀਆ ਰੇਟ ਵਿੱਚ ਕਾਰ ਦੇ ਦਾਂਗੇ। ਬਾਕੀ ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਹੋ ਜੀ, ਬਿਲਕੁਲ ਓਕੇ ਰਿਪੋਰਟ ਟਾਇਰ ਹੈ ਜੀ। ਬਾਕੀ ਇਹਨੂੰ ਨੰਬਰ ਲੱਗਾ ਹੋਇਆ ਜੀ PB02-6866, ਨੰਬਰ ਸੋਹਣਾ ਲੱਗਾ ਹੋਇਆ ਜੀ ਕਾਰ ਨੂੰ। ਸੋ ਅੱਗੇ ਚੱਲਦੇ ਹਾਂ ਜੀ ਆਪਾਂ ਹੁਣ। ਲਓ ਜੀ ਅੱਗੇ ਆ ਗਈ ਹੈ ਜੀ ਫਿਰ ਸਕਾਰਪੀਓ ਕਲਾਸਿਕ S11। ਸੋ ਕੰਡੀਸ਼ਨ ਦੇਖ ਲਓ ਜੀ ਗੱਡੀ ਦੀ। ਸੋ ਇਹ ਵੀ ਆ ਗਿਆ ਆਪਣੇ ਕੋਲ 22 ਮਾਡਲ ਆ ਗਿਆ ਜੀ। ਗੱਡੀ ਚੱਲੀ ਹੋਈ ਹੈ ਜੀ 18,240 ਕਿਲੋਮੀਟਰ ਓਨਲੀ। ਇਹ ਤੁਹਾਨੂੰ 19,60,000 ਦੀ ਗੱਡੀ ਹੈ ਜੀ, ਤੁਹਾਨੂੰ ਡਿਸਕਾਊਂਟ ਕਰਕੇ ਵਧੀਆ ਰੇਟ 'ਚ ਦੇ ਦੇਵਾਂਗੇ। ਬਾਕੀ ਕੰਡੀਸ਼ਨ ਤੁਹਾਨੂੰ ਦਿਖਾ ਦਿੰਦਾ ਅੰਦਰੋਂ ਗੱਡੀ ਦੀ ਜੀ। ਲਓ ਜੀ ਲੈਦਰ ਦੀਆਂ ਸੀਟਾਂ ਐਕਸਟਰਾ ਲੱਗੀਆਂ ਹੋਈਆਂ ਜੀ, ਸੀਟ ਕਵਰ ਐਕਸਟਰਾ ਲੱਗੇ ਹੋਏ ਆ। ਸੋ ਮੈਟ ਲੱਗੇ ਹੋਏ ਆ ਗੱਡੀ ਵਿੱਚ ਜੀ। ਸੋ ਇਹ ਤੁਹਾਨੂੰ ਮੈਨੂਅਲ ਦੇ ਵਿੱਚ ਕਾਰ ਆ ਜਾਂਦੀ ਹੈ ਜੀ। ਬਾਕੀ ਇਹਦੇ ਵਿੱਚ ਕੈਪਟਨ ਸੀਟਾਂ ਆ ਜਾਂਦੀਆਂ ਜੀ, ਦੇਖ ਸਕਦੇ ਹੋ ਐਕਸਟਰਾ ਸੀਟ ਕਵਰ ਲੈਦਰ ਦੇ ਲੱਗੇ ਹੋਏ ਆ ਜੀ ਗੱਡੀ ਨੂੰ। ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਆ, ਟਾਇਰਾਂ ਦੀ ਕੰਡੀਸ਼ਨ ਦੇਖ ਲਓ ਜੀ। ਸੋ ਬੈਕ ਤੋਂ ਲੁੱਕ ਦੇਖ ਸਕਦੇ ਹੋ ਜੀ। ਬਾਕੀ ਨੰਬਰ ਦੇਖ ਸਕਦੇ ਹੋ, PB08 ਨੰਬਰ ਲੱਗਾ ਹੋਇਆ, ਜਲੰਧਰ ਨੰਬਰ 4899। ਸੋ ਅੱਗੇ ਚੱਲਦੇ ਹਾਂ ਜੀ ਫਿਰ। ਲਓ ਜੀ ਅੱਗੇ ਆਪਣੇ ਕੋਲ ਆ ਗਈ ਹੈ ਜੀ ਸਕਾਰਪੀਓ ਕਲਾਸਿਕ S11। ਇਹ ਵੀ ਆ ਗਿਆ ਜੀ ਬਿਲਕੁਲ ਨਵਾਂ ਮਾਡਲ, ਅਲੋਏ ਟਾਇਰ ਲੱਗੇ ਆ ਜੀ। PB05 ਨੰਬਰ ਲੱਗਾ ਗੱਡੀ ਨੂੰ ਜੀ। ਬਾਕੀ ਅਲੋਏ ਟਾਇਰ ਦੀ ਲੁੱਕ ਚੈੱਕ ਕਰ ਲਓ ਇੱਕ ਵਾਰ ਮੇਰੇ ਵੀਰ ਭਰਾ ਜਿਹੜੇ ਜਿਹੜੇ ਆਪਾਂ ਨੂੰ ਦੇਖ ਰਹੇ ਆ ਜੀ, ਘੈਂਟ ਅਲੋਏ ਟਾਇਰ ਲੱਗੇ ਆ। ਸੋ ਇਹ 24 ਮਾਡਲ ਆ ਗਿਆ ਜੀ, ਓਨਲੀ 112 ਕਿਲੋਮੀਟਰ ਗੱਡੀ ਚੱਲੀ ਆ ਜੀ, 21,15,000 ਦੀ। ਸੋ ਇਹ ਵੀ ਡਿਸਕਾਊਂਟ ਕਰਕੇ ਇਹ ਤੁਹਾਨੂੰ ਵਧੀਆ ਰੇਟ ਵਿੱਚ ਕਾਰ ਦੇਵਾਂਗੇ ਜੀ। ਬਾਕੀ ਕੰਡੀਸ਼ਨ ਤੁਹਾਨੂੰ ਅੰਦਰੋਂ ਦਿਖਾ ਦਿੰਦੇ ਹਾਂ ਜੀ, ਵਿੱਚੋਂ ਬਿਲਕੁਲ ਓਕੇ ਰਿਪੋਰਟ ਕਾਰਾਂ ਹੈ, ਜਿੰਨੀਆਂ ਵੀ ਸਕਾਰਪੀਓ ਕਲਾਸਿਕ S11 ਖੜੀਆਂ ਜਾਂ N ਖੜੀਆਂ ਹੈ ਜੀ, ਬਿਲਕੁਲ ਸਾਫ਼ ਆ। ਕੰਡੀਸ਼ਨ ਤੁਹਾਡੇ ਸਾਹਮਣੇ ਆ, ਤੁਸੀਂ ਦੇਖ ਰਹੇ ਹੋ ਜੀ, ਬਿਲਕੁਲ ਸਾਫ਼ ਕਾਰਾਂ ਆ ਜੀ, ਚੱਲੀਆਂ ਕੁਛ ਨਹੀਂ ਹੋਈਆਂ, ਬਸ ਸਿੱਧਾ ਏਜੰਸੀ ਤੋਂ ਚੱਲ ਕੇ ਭੰਡਾਰੀ ਕਾਰ ਬਾਜ਼ਾਰ ਦੇ ਕਾਊਂਟਰ ਤੱਕ ਕਾਰਾਂ ਪਹੁੰਚੀਆਂ ਹੈ ਜੀ। ਲਓ ਜੀ ਬਾਕੀ ਬੈਕ ਤੋਂ ਦੇਖ ਸਕਦੇ ਹੋ, ਸੋ ਇਹ ਕੈਪਟਨ ਸੀਟਾਂ ਵਿੱਚ ਆ ਗਈ ਹੈ ਜੀ। ਬਾਕੀ ਬੈਕ ਲੁੱਕ ਤੋਂ ਦੇਖ ਲਓ ਜੀ, ਨੰਬਰ ਦੇਖ ਲਓ ਗੱਡੀ ਨੂੰ ਲੱਗਾ ਹੋਇਆ ਜੀ PB05-2699, ਐਕਸਟਰਾ ਅਲੋਏ ਟਾਇਰ ਨਾਲ ਲੱਗੇ ਹੋਏ ਆ ਜੀ 60-70,000 ਦੇ। ਸੋ ਅੱਗੇ ਚੱਲਦੇ ਹਾਂ ਜੀ, ਅੱਗੇ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ N 'ਤੇ।
ਲਓ ਜੀ, ਐਨ ਦਾ ਆ ਗਿਆ ਬੇਸ ਮਾਡਲ Z2 ਐਕਸਟਰਾ ਅਲੋਏ ਟਾਇਰ ਗੱਡੀ ਨੂੰ ਲੱਗੇ ਹੋਏ ਆ ਜੀ, ਡੋਰ ਵਾਈਜ਼ਰ ਲੱਗੇ ਹੋਏ ਆ ਜੀ, ਫੁੱਟ ਰੈਸਟ ਲੱਗੇ ਹੋਏ ਆ ਜੀ, ਇਹਨੂੰ ਫੁੱਟ ਰੈਸਟ ਦੇਖ ਸਕਦੇ ਹੋ, ਅਲੋਏ ਟਾਇਰ ਦੇਖ ਲਓ ਜੀ। ਸੋ ਇਹ ਆ ਗਿਆ ਜੀ ਆਪਣੇ ਕੋਲ 24 ਮਾਡਲ ਆ ਗਿਆ ਜੀ, ਸਿਰਫ 79 ਕਿਲੋਮੀਟਰ 80 ਕਿਲੋਮੀਟਰ ਗੱਡੀ ਚੱਲੀ ਹੈ ਜੀ, 17,50,000 ਦੀ। ਸੋ ਇਹ ਵੀ ਤੁਹਾਨੂੰ ਵਧੀਆ ਰੇਟ 'ਤੇ ਗੱਡੀ ਡਿਸਕਾਊਂਟ ਕਰਕੇ ਦੇ ਦੇਵਾਂਗੇ। ਬਾਕੀ ਕੰਡੀਸ਼ਨ ਗੱਡੀ ਦੀ ਸਾਹਮਣੇ ਹੈ ਜੀ, ਤੁਹਾਡੇ ਦੇਖ ਸਕਦੇ ਹੋ ਮੇਰੇ ਵੀਰ ਭਰਾ, ਨਿਗਾਹ ਮਾਰ ਲਓ ਜੀ। ਸੋ ਇਹ ਆ ਗਈ ਹੈ ਜੀ ਮੈਨੂਅਲ ਦੇ ਵਿੱਚ ਕਾਰ, ਬਾਕੀ ਮੈਟ ਮੂਟ ਲੱਗੇ ਆ, ਸੀਟ ਕਵਰ ਚੜ੍ਹੇ ਹੋਏ ਆ ਜੀ, ਵਿੱਚੋਂ ਬਿਲਕੁਲ ਸਾਫ਼ ਹੈ ਜੀ। ਐਕਸਟਰਾ ਸਕਰੀਨ ਲੱਗੀ ਹੋਈ ਹੈ ਜੀ ਗੱਡੀ ਵਿੱਚ, ਦੇਖ ਸਕਦੇ ਹੋ। ਲਓ ਜੀ ਬਾਕੀ ਵਿੱਚੋਂ ਕੰਡੀਸ਼ਨ ਗੱਡੀ ਦੀ ਦੇਖ ਲਓ ਜੀ। ਸੋ ਇਹ ਵੀ 7-ਸੀਟਰ 'ਚ ਆ ਗਈ ਹੈ ਜੀ ਬੇਸ ਮਾਡਲ। ਲਓ ਜੀ ਬਾਕੀ ਬੈਕ ਤੋਂ ਕੰਡੀਸ਼ਨ ਦੇਖ ਲਓ ਸੀਟਾਂ ਦੀ ਜੀ, ਬਿਲਕੁਲ ਓਕੇ ਰਿਪੋਰਟ ਕੰਡੀਸ਼ਨ ਸੀਟਾਂ ਹੈ ਜੀ। ਸੋ ਇਹ ਵੀ ਤੁਹਾਨੂੰ ਲੈਸ ਕਰਕੇ ਵਧੀਆ ਰੇਟ ਵਿੱਚ ਕਾਰ ਦੇ ਦੇਵਾਂਗੇ ਜੀ। ਅਲਾਇਆ ਟਾਇਰ ਦੇਖ ਸਕਦੇ ਹੋ, ਅਲਾਇਆ ਟਾਇਰ ਘੈਂਟ ਲੱਗੇ ਹੋਏ ਆ ਜੀ ਗੱਡੀ ਨੂੰ, JK ਦੇ ਟਾਇਰ ਪਏ ਹੋਏ ਆ ਜੀ। ਹੁਣ ਚੱਲਦੇ ਹਾਂ ਜੀ ਅਗਲੀ ਕਾਰ ਵੱਲ। ਲਓ ਜੀ ਅੱਗੇ ਆਪਣੇ ਕੋਲ ਫਿਰ ਆ ਗਈ ਹੈ ਜੀ ਟੋਪ ਮਾਡਲ ਆ ਗਿਆ ਜੀ Z8L ਲਗਜ਼ਰੀ। ਸੋ ਬਾਕੀ ਗੱਡੀ ਦਾ ਨੰਬਰ ਤੁਹਾਡੇ ਸਾਹਮਣੇ ਆ, PB30 ਨੰਬਰ ਲੱਗਾ ਜੀ, AA2000। ਇਹ ਵਾਈਟ ਕਲਰ 'ਚ ਆ ਗਈ ਆ ਜੀ, ਅਲੋਏ ਟਾਇਰ ਐਕਸਟਰਾ ਲੱਗੇ ਹੋਏ ਆ ਗੱਡੀ ਨੂੰ, ਨਜ਼ਰ ਮਾਰ ਲਓ ਮੇਰੇ ਵੀਰ ਭਰਾ ਜੀ। ਸੋ ਇਹ ਆ ਗਿਆ ਆਪਣੇ ਕੋਲ 23 ਮਾਡਲ ਆ ਗਿਆ ਜੀ। ਸੋ ਇਹ ਆ ਗਿਆ ਜੀ 23 ਮਾਡਲ, 12,896 ਕਿਲੋਮੀਟਰ ਗੱਡੀ ਚੱਲੀ, 23,50,000 ਦੀ, ਸਭ ਤੋਂ ਟੋਪ ਵਾਲਾ ਮਾਡਲ ਆ ਜੀ Z8 ਲਗਜ਼ਰੀ। ਸੋ ਬਾਕੀ ਦੇਖ ਲਓ ਗੱਡੀ ਦੀ ਕੰਡੀਸ਼ਨ। ਸੋ ਇਹ ਤੁਹਾਨੂੰ ਆਟੋਮੈਟਿਕ ਵਿੱਚ ਮਿਲ ਜੂਗੀ ਜੀ, ਮੇਰੇ ਵੀਰ ਭਰਾ ਜ਼ਿਆਦਾ ਡਿਮਾਂਡ ਕਰਦੇ ਸੀ ਵੀ ਆਟੋਮੈਟਿਕ ਵਿੱਚ ਸਾਨੂੰ ਟੋਪ ਮਾਡਲ ਲਿਆ ਕੇ ਦਿਓ ਜੀ। ਸੋ ਆਪਣੇ ਕੋਲ ਅਵੇਲੇਬਲ ਹੋ ਗਿਆ ਜੀ ਭੰਡਾਰੀ ਕਾਰ ਬਾਜ਼ਾਰ ਵਿੱਚ ਜੀ, ਸੋ ਇੱਕ ਵਾਰੀ ਪਹੁੰਚੋ ਇੱਕ ਵਾਰੀ। ਅਤੇ ਬਾਕੀ ਗੱਡੀ ਦੀ ਕੰਡੀਸ਼ਨ ਦੇਖ ਸਕਦੇ ਹੋ ਜੀ, ਸਨਰੂਫ ਆ ਗਿਆ ਜੀ ਇਹਦੇ ਵਿੱਚ ਟੋਪ ਮਾਡਲ 'ਚ, ਸੋ ਇਹਦੇ ਵਿੱਚ ਸਾਰੇ ਫੀਚਰ ਆ ਜਾਂਦੇ ਆ ਜੀ। ਲਓ ਜੀ ਬਾਕੀ ਕੰਡੀਸ਼ਨ ਗੱਡੀ ਦੀ ਦੇਖ ਲਓ ਜੀ, ਬੈਕ ਤੋਂ ਦੇਖ ਸਕਦੇ ਹੋ ਵੀ ਕੈਪਟਨ ਸੀਟਾਂ 'ਚ ਆ ਗਈ ਹੈ ਜੀ, ਬਿਲਕੁਲ ਨੀਟ ਐਂਡ ਕਲੀਨ ਸਾਫ਼ ਕਾਰ ਖੜ੍ਹੀ ਹੈ ਜੀ ਆਪਣੇ ਕੋਲ। ਸੋ ਇਹ ਵੀ ਡਿਸਕਾਊਂਟ ਕਰਕੇ ਤੁਹਾਨੂੰ ਵਧੀਆ ਰੇਟ ਵਿੱਚ ਕਾਰ ਦੇ ਦੇਵਾਂਗੇ ਜੀ। ਲਓ ਜੀ ਕਰੋ ਚੈੱਕ ਗੱਡੀ ਦੀ ਕੰਡੀਸ਼ਨ, ਬਾਕੀ ਫਰੰਟ ਤੋਂ ਇੱਕ ਵਾਰੀ ਦੇਖ ਸਕਦੇ ਹੋ ਜੀ, ਬਿਲਕੁਲ ਓਕੇ ਰਿਪੋਰਟ ਕਾਰ ਹੈ ਜੀ। ਸੋ ਗੱਡੀ ਦੀ ਗਰੰਟੀ ਤੁਹਾਨੂੰ ਨਾਲ ਲਿਖ ਕੇ ਦੇਵਾਂਗੇ ਜੀ ਅਸੀਂ। ਲਓ ਜੀ ਬਾਕੀ ਬੈਕ ਤੋਂ ਦੇਖ ਸਕਦੇ, ਨੰਬਰ ਬਹੁਤ ਸੋਹਣਾ ਲੱਗਾ ਜੀ ਕਾਰ ਨੂੰ, PB30 2000, ਬਹੁਤ ਘੈਂਟ ਨੰਬਰ ਲੱਗਾ ਹੋਇਆ ਜੀ ਕਾਰ ਨੂੰ। ਸੋ ਹੁਣ ਚੱਲਦੇ ਹਾਂ ਅਗਲੀ ਕਾਰ ਵੱਲ ਜੀ। ਸੋ ਅੱਗੇ ਤੁਹਾਨੂੰ ਦਿਖਾਉਂਦੇ ਹਾਂ ਵਾਈਟ ਸਕਾਰਪੀਓ, ਹੁਣ ਤੁਹਾਨੂੰ ਬਲੈਕ ਦਿਖਾਤੀਆਂ, ਹੁਣ ਵਾਈਟ ਸਕਾਰਪੀਓ ਦਿਖਾਉਂਦੇ ਹਾਂ ਜੀ, ਥੱਲੜੇ ਮਾਡਲ। ਲਓ ਜੀ ਅੱਗੇ ਆਪਣੇ ਕੋਲ ਆ ਗਿਆ ਜੀ ਸਕਾਰਪੀਓ S7, ਇਹ ਆ ਗਈ ਹੈ ਜੀ 18 ਮਾਡਲ ਆ ਗਿਆ ਜੀ, 60,000 ਗੱਡੀ ਚੱਲੀ ਹੋਈ ਆ ਵਾਈਟ ਕਲਰ 'ਚ। ਸੋ 13,10,000 ਇਹਦਾ ਪ੍ਰਾਈਜ਼, ਇਹ ਵੀ ਤੁਹਾਨੂੰ ਵਧੀਆ ਰੇਟ 'ਤੇ ਦੇ ਦਾਂਗੇ ਜੀ। ਇਹਦੇ ਵਿੱਚ ਐਕਸਟਰਾ ਲਾਇਟ ਟਾਇਰ, ਟੱਚ, ਐਂਪ, ਪੇਡ ਨੰਬਰ ਲੱਗਾ ਹੋਇਆ ਗੱਡੀ ਨੂੰ ਜੀ, PV11 0500, ਬਾਕੀ ਐਕਸਟਰਾ ਅਲਾਇਟ ਟਾਇਰ ਲੱਗੇ ਹੋਏ ਆ ਜੀ ਗੱਡੀ ਨੂੰ, ਦੇਖ ਸਕਦੇ ਹੋ। ਇਹ ਵੀ ਤੁਹਾਨੂੰ ਆਪਾਂ ਡਿਸਕਾਊਂਟ ਕਰਕੇ ਵਧੀਆ ਰੇਟ 'ਤੇ ਗੱਡੀ ਦੇਵਾਂਗੇ। ਸੋ ਫਾਸਟ ਓਨਰ ਕਾਰ ਆ ਜੀ ਇਹ। ਲਓ ਜੀ ਐਕਸਟਰਾ ਸੀਟ ਕਵਰ ਚੜ੍ਹੇ ਹੋਏ ਆ ਜੀ, ਬਾਕੀ ਕੰਡੀਸ਼ਨ ਵਿੱਚੋਂ ਐਕਸਟਰਾ ਸਕਰੀਨ ਲੱਗੀ ਹੋਈ ਹੈ ਜੀ ਗੱਡੀ 'ਚ, ਬਾਕੀ ਕੰਡੀਸ਼ਨ ਵਿੱਚੋਂ ਦੇਖ ਲਓ ਜੀ। ਸੋ ਇਹ ਫੋਲਡਿੰਗ ਸੀਟਾਂ ਵਾਲੀ ਆ ਗਈ ਹੈ ਜੀ ਬੈਕ ਤੋਂ। ਲਓ ਜੀ ਕਰੋ ਚੈੱਕ ਇੱਕ ਵਾਰੀ ਪਿੱਛਿਓਂ। ਸੋ ਕਿਸੇ ਮੇਰੇ ਵੀਰ ਭਰਾ ਨੇ ਕੋਈ ਵੀ ਗੱਡੀ ਵਿੱਚ ਸਮਾਨ ਰੱਖਣਾ ਹੈ ਜੀ,
ਸੋ ਇਹਦੇ ਵਿੱਚ ਵਧੀਆ ਤਰੀਕੇ ਨਾਲ ਤੁਹਾਡਾ ਸਮਾਨ ਰੱਖ ਹੋ ਜੂਗਾ ਜੀ, ਸੀਟਾਂ ਫੋਲਡ ਹੋ ਜੂਗੀਆਂ, ਜਿੰਨਾ ਮਰਜ਼ੀ ਲੈਗੇਜ ਰੱਖ ਸਕਦੇ ਹਾਂ। ਸੋ ਮੇਰੇ ਵੀਰ ਭਰਾ ਜਿਹੜੇ ਬਾਹਰੋਂ ਆਉਂਦੇ ਆ ਜੀ, ਜ਼ਿਆਦਾ ਉਹਨਾਂ ਨੂੰ ਪ੍ਰੋਬਲਮ ਆਉਂਦੀ ਆ ਆਪਣਾ ਸਮਾਨ ਰੱਖਣ 'ਚ ਜੀ, ਸੋ ਗੱਡੀ ਵਿੱਚ ਸਮਾਨ ਰੱਖ ਸਕਦੇ ਹਾਂ ਸੀਟਾਂ ਫੋਲਡ ਕਰਕੇ ਜੀ। ਇਹਦੇ ਵਾਧੂ ਸਮਾਨ ਆ ਜਾਂਦਾ ਤੁਹਾਡੇ ਅਟੈਚੀ ਵਗੈਰਾ ਜੀ। ਸੋ ਇੱਕ ਵਾਰੀ ਕਮੈਂਟ ਕਰ ਦਿਓ ਵੀਡੀਓ ਚੱਲਦੀ ਚੱਲਦੀ, ਅਤੇ ਮੇਰੇ ਵੀਰ ਭਰਾ ਕਿੱਥੋਂ ਕਿੱਥੋਂ ਸਾਨੂੰ ਵਾਚ ਕਰਦੇ ਆ ਜੀ, ਕਿੱਥੋਂ ਕਿੱਥੋਂ ਸਾਡੀ ਵੀਡੀਓ ਦੇਖ ਰਹੇ ਆ ਜੀ। ਸੋ ਚੱਲਦੇ ਹਾਂ ਜੀ ਅੱਗੇ ਹੁਣ। ਲਓ ਜੀ ਅੱਗੇ ਆ ਗਈ ਆ ਜੀ S9 ਸਕਾਰਪੀਓ, S9 ਆ ਗਈ ਆ ਜੀ 22 ਮਾਡਲ, ਓਨਲੀ 21,000 ਕਿਲੋਮੀਟਰ ਗੱਡੀ ਚੱਲੀ ਆ ਜੀ। ਸੋ ਇਹ ਤੁਹਾਨੂੰ 17,75,000 ਇਹਦਾ ਪ੍ਰਾਈਜ਼ ਆ ਜੀ, ਇਹ ਵੀ ਲੈਸ ਕਰਕੇ ਡਿਸਕਾਊਂਟ ਕਰਕੇ ਵਧੀਆ ਰੇਟ ਵਿੱਚ ਕਾਰ ਦੇ ਦਾਂਗੇ ਜੀ। ਸੋ ਗੱਡੀ ਨੂੰ ਐਕਸਟਰਾ ਅਲਾਇ ਟਾਇਰ ਲੱਗੇ ਹੋਏ ਆ ਜੀ, ਦੇਖ ਲਓ ਨਿਗਾਹ ਮਾਰ ਲਓ, ਡੋਰ ਵਾਈਜ਼ਰ ਲੱਗੇ ਹੋਏ ਆ ਜੀ, ਸੀਟ ਕਵਰ ਚੜ੍ਹੇ ਹੋਏ ਆ, 7D ਮੈਟ ਲੱਗੇ ਹੋਏ ਆ ਜੀ। ਸੋ ਐਕਸਟਰਾ ਸਕਰੀਨ ਲੱਗੀ ਹੋਈ ਆ ਜੀ ਕਾਰ ਵਿੱਚ, ਸੀਟ ਕਵਰ ਦੇ ਸਕਦੇ ਲੈਦਰ ਦੇ ਪਿਓਰ ਸੀਟ ਕਵਰ ਚੜ੍ਹੇ ਆ ਜੀ, ਮੈਟ ਹੋਈ ਆ, ਮੈਟ ਲੱਗੇ ਹੋਏ ਆ ਜੀ ਗੱਡੀ ਵਿੱਚ, ਸਕਰੀਨ ਲੱਗੀ ਹੋਈ ਹੈ, ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਆ। ਸੋ ਇਹ ਵੀ ਫੋਲਡਿੰਗ ਸੀਟਾਂ ਵਾਲੀ ਆ ਗਈ ਆ ਜੀ ਬੈਕ ਤੋਂ, ਤੁਹਾਨੂੰ ਬੈਕ ਤੋਂ ਇੱਕ ਵਾਰੀ ਗੱਡੀ ਦੀ ਲੁੱਕ ਦਿਖਾ ਦਿੰਦੇ ਹਾਂ ਜੀ। ਲਓ ਜੀ, ਸੋ ਇਹ ਫੋਲਡਿੰਗ ਸੀਟਾਂ ਵਾਲੀ ਆ ਗਈ ਹੈ ਜੀ, ਜਿੰਨਾ ਮਰਜ਼ੀ ਤੁਸੀਂ ਬੈਕ 'ਤੇ ਸਮਾਨ ਰੱਖ ਸਕਦੇ ਹੋ। ਸੋ ਬਾਕੀ ਬੈਕ ਤੋਂ ਲੁੱਕ ਦੇਖ ਲਓ ਜੀ, ਸਕਾਰਪੀਓ S9 ਆ ਗਈ ਹੈ ਜੀ, PB26 ਨੰਬਰ ਲੱਗਾ ਹੋਇਆ ਜੀ, 1426 ਐਕਸਟਰਾ ਅਲੋਏ ਟਾਇਰ ਨਾਲ ਪਏ ਹੋਏ ਆ ਜੀ ਗੱਡੀ ਨੂੰ। ਸੋ ਅਸੈਸਰੀ ਫੁੱਲ ਲੋਡਡ ਲੱਗੀ ਹੋਈ ਹੈ ਜੀ ਕਾਰ ਵਿੱਚ। ਲਓ ਜੀ ਅੱਗੇ ਚੱਲਦੇ ਹਾਂ ਜੀ, ਵਾਈਟ ਕਲਰ ਦੀ ਫਿਰ ਸਕਾਰਪੀਓ ਆ ਗਈ ਹੈ ਜੀ। ਸੋ ਇਹ ਆ ਗਿਆ ਆਪਣੇ ਕੋਲ 23 ਮਾਡਲ, ਬਾਕੀ ਗੱਡੀ ਦੀ ਕੰਡੀਸ਼ਨ ਤੁਹਾਡੇ ਸਾਹਮਣੇ, PB31 ਨੰਬਰ ਲੱਗਾ ਹੋਇਆ ਜੀ ਕਾਰ ਨੂੰ, ਓਨਲੀ 14,000 ਕਿਲੋਮੀਟਰ ਕਾਰ ਚੱਲੀ ਹੈ ਜੀ। ਬਾਕੀ ਕੰਡੀਸ਼ਨ ਦੇਖ ਲਓ, ਟਾਇਰ ਬਿਲਕੁਲ ਬ੍ਰੈਂਡ ਨਿਊ ਆ, 14,000 ਕੁਛ ਨਹੀਂ ਹੁੰਦੀ ਕਾਰ ਚੱਲੀ, ਬਿਲਕੁਲ ਨੋਰਮਲ ਹੁੰਦੀ, ਬਾਕੀ ਸਲਿੱਪ ਤੁਹਾਡੇ ਸਾਹਮਣੇ ਆ। ਸੋ ਇਹ 20 ਲੱਖ ਰੇਟ ਲੱਗਾ, ਡਿਸਕਾਊਂਟ ਕਰਕੇ ਵਧੀਆ ਰੇਟ 'ਤੇ ਤੁਹਾਨੂੰ ਗੱਡੀ ਦੇ ਦੇਵਾਂਗੇ ਜੀ। ਬਾਕੀ ਕੰਡੀਸ਼ਨ ਗੱਡੀ ਦੀ ਅੰਦਰੋਂ ਚੈੱਕ ਕਰ ਲਓ ਮੇਰੇ ਵੀਰ ਭਰਾ ਜੀ, ਬਿਲਕੁਲ ਓਕੇ ਰਿਪੋਰਟ ਕਾਰ ਹੈ ਜੀ, ਦੇਖ ਸਕਦੇ ਹੋ। ਸੋ ਇਹਦੇ ਵਿੱਚ ਵੀ ਕੈਪਟਨ ਸੀਟਾਂ ਆ ਗਈਆਂ ਜੀ, ਸਕਾਰਪੀਓ ਕਲਾਸਿਕ S11 ਦੇ ਵਿੱਚ ਜੀ। ਲਓ ਜੀ ਬਾਕੀ ਬੈਕ ਤੋਂ ਲੁੱਕ ਦੇਖ ਸਕਦੇ ਹੋ ਕਾਰ ਦੀ ਜੀ, PB31 ਨੰਬਰ, X7888 ਨੰਬਰ ਲੱਗਾ ਹੋਇਆ ਜੀ ਗੱਡੀ ਨੂੰ। ਸੋ ਅੱਗੇ ਚੱਲਦੇ ਹਾਂ ਜੀ, ਅਲਾਇ ਟਾਇਰਾਂ ਵਾਲੀ ਆ ਗਈ ਆ ਸਕਾਰਪੀਓ। ਲਓ ਜੀ ਅੱਗੇ ਅਲਾਇ ਟਾਇਰਾਂ ਵਾਲੀ ਆ ਗਈ ਆ ਜੀ ਕਲਾਸਿਕ S11, ਅਲਾਇ ਟਾਇਰ ਦੇਖ ਸਕਦੇ ਹੋ, ਘੈਂਟ ਅਲਾਇ ਟਾਇਰ ਗੱਡੀ ਨੂੰ ਲੱਗੇ ਹੋਏ ਆ ਜੀ, ਵਾਈਟ ਕਲਰ ਦੀ। ਸੋ ਇਹ ਆ ਗਿਆ ਜੀ 22 ਮਾਡਲ ਆ ਗਿਆ ਜੀ, ਓਨਲੀ 1700 ਕਿਲੋਮੀਟਰ ਕਾਰ ਚੱਲੀ ਹੈ ਜੀ, ਸਕਾਰਪੀਓ ਕਲਾਸਿਕ S11 ਓਨਲੀ 1700 ਕਿਲੋਮੀਟਰ, 22 ਮਾਡਲ ਹੈ, 20,20,000 ਦੀ। ਸੋ ਇਹ ਵੀ ਡਿਸਕਾਊਂਟ ਕਰਕੇ ਵਧੀਆ ਰੇਟ 'ਤੇ ਦੇ ਦਾਂਗੇ, ਟਾਇਰ ਐਕਸਟਰਾ ਲੱਗੇ ਹੋਏ ਆ ਜੀ ਕਾਰ ਨੂੰ ਅਲੋਏ ਟਾਇਰ। ਬਾਕੀ ਕੰਡੀਸ਼ਨ ਵਿੱਚੋਂ ਦੇਖ ਲਓ ਗੱਡੀ ਦੀ ਜੀ, ਚੈੱਕ ਕਰ ਲਓ ਮੇਰੇ ਵੀਰ ਭਰਾ ਜੀ, ਬਿਲਕੁਲ ਸਾਫ਼ ਕਾਰ ਖੜੀ ਹੈ ਜੀ ਆਪਣੇ ਕੋਲ। ਸੋ ਇਹ ਵੀ ਤੁਹਾਨੂੰ ਡਿਸਕਾਊਂਟ ਕਰਕੇ ਵਧੀਆ ਰੇਟ 'ਤੇ ਦੇ ਦਾਂਗੇ, ਕੈਪਟਨ ਸੀਟਾਂ ਆ ਗਈਆਂ ਜੀ ਇਹਦੇ ਵਿੱਚ, ਬਿਲਕੁਲ ਓਕੇ ਰਿਪੋਰਟ ਪੀਸ ਹੈ ਜੀ ਆਪਣੇ ਕੋਲ। ਲਓ ਜੀ ਬੈਕ ਤੋਂ ਬਾਕੀ ਨੰਬਰ ਦੇਖ ਲਓ ਗੱਡੀ ਦਾ, PB27-6607 ਨੰਬਰ ਲੱਗਾ ਹੋਇਆ ਜੀ। ਸੋ ਅੱਗੇ ਚੱਲਦੇ ਹਾਂ ਜੀ, Z6 ਅਤੇ N ਆ ਗਈ ਆ ਜੀ ਬਲੈਕ ਕਲਰ ਵਿੱਚ, ਤੁਹਾਨੂੰ ਇੱਕ ਵਾਰੀ ਸਾਈਡ ਤੋਂ ਦਿਖਾ ਦਿੰਦਾ ਜੀ, ਐਕਸਟਰਾ ਅਲਾਇ ਟਾਇਰ ਗੱਡੀ ਨੂੰ ਲੱਗੇ ਹੋਏ ਆ ਜੀ, Z6 ਆ ਗਈ ਆ ਜੀ, ਸੈਕਿੰਡ ਟੋਪ ਆ ਗਿਆ ਜੀ ਮਾਡਲ, ਇਹ Z8 ਤੋਂ ਥੱਲੇ ਵਾਲਾ ਆ ਗਿਆ ਜੀ। ਬਾਕੀ ਅਲਾਇ ਟਾਇਰ ਦੀ ਲੁੱਕ ਚੈੱਕ ਕਰ ਸਕਦੇ ਹੋ ਮੇਰੇ ਵੀਰ ਭਰਾ। ਸੋ ਇਹ ਵੀ ਆਪਣੇ ਕੋਲ ਆ ਗਿਆ ਜੀ 24 ਮਾਡਲ, ਬਾਕੀ ਤੁਹਾਨੂੰ ਦੱਸ ਦਿੰਦੇ ਇਹਦਾ ਰੇਟ ਕੀ ਹੈ ਜੀ, ਰੇਟ ਲਿਸਟ ਹੀ ਤੁਹਾਨੂੰ ਦਿਖਾ ਦਿੰਦੇ ਹਾਂ। ਲਓ ਜੀ 24 ਮਾਡਲ ਆ ਗਿਆ, ਸਿਰਫ 124 ਕਿਲੋਮੀਟਰ ਗੱਡੀ ਚੱਲੀ Z6, 20,50,000 ਦੀ ਐਕਸਟਰਾ ਅਲਾਇ ਟਾਇਰ, ਇਹ ਵੀ ਤੁਹਾਨੂੰ ਵਧੀਆ ਰੇਟ 'ਤੇ ਕਾਰ ਡਿਸਕਾਊਂਟ ਕਰਕੇ ਦੇ ਦੇਵਾਂਗੇ ਜੀ। ਸੋ ਇਹਦੇ ਵਿੱਚ ਵੀ ਸਨਰੂਫ ਆ ਜਾਂਦਾ ਜੀ Z6 ਵਿੱਚ ਜੀ।
ਸੋ ਮੇਰੇ ਵੀਰ ਭਰਾਵਾਂ ਨੂੰ ਕਈਆਂ ਨੂੰ ਨਹੀਂ ਪਤਾ ਜੀ ਇਹਦੇ ਵਿੱਚ ਸਨਰੂਫ ਆਉਂਦਾ ਜਾਂ ਨਹੀਂ ਆਉਂਦਾ। ਜਿਹੜਾ ਜੈੱਡ 2 ਮਾਡਲ ਆ ਜੀ ਉਹਦੇ ਵਿੱਚ ਨਹੀਂ ਆਉਂਦਾ, ਜੈੱਡ 6 ਵਿੱਚ ਆਉਂਦਾ ਹੈ ਜੀ। ਬਾਕੀ ਉਹ ਤੋਂ ਉੱਪਰ ਵਾਲਾ ਟੌਪ ਹੁੰਦਾ ਜੀ ਜੈੱਡ 8। ਬਾਕੀ ਕੰਡੀਸ਼ਨ ਗੱਡੀ ਵੀ ਦੇਖ ਸਕਦੇ ਹੋ, ਤੁਹਾਨੂੰ ਮੈਨੂਅਲ ਦੇ ਵਿੱਚ ਕਾਰ ਮਿਲ ਜੂਗੀ ਜੀ। ਬਾਕੀ ਬੈਕ ਤੋਂ ਦੇਖ ਸਕਦੇ ਹੋ ਸੀਟਾਂ ਦੀ ਕੰਡੀਸ਼ਨ ਬਿਲਕੁਲ ਸਾਫ਼ ਸੀਟਾਂ ਹੈ ਜੀ ਗੱਡੀ ਦੀਆਂ। ਸੋ ਇੱਦਾਂ ਹੀ ਤੁਹਾਨੂੰ ਨਵੀਆਂ ਨਵੀਆਂ ਵੀਡੀਓ ਨਾਲ ਮਿਲਦੇ ਰਹਾਂਗੇ ਜੀ। ਬਾਕੀ ਲਾਈਟਰ ਦੇਖ ਲਓ, ਬੈਕ ਲੁੱਕ ਦੇਖ ਸਕਦੇ ਹੋ ਜੀ ਗੱਡੀ ਦੀ। ਸੋ ਇਹੀ ਸੀ ਅੱਜ ਦੀ ਵੀਡੀਓ ਜੀ। ਸੋ ਇੱਦਾਂ ਹੀ ਤੁਹਾਨੂੰ ਆਪਾਂ ਨਵੀਆਂ ਨਵੀਆਂ ਵੀਡੀਓ ਨਾਲ ਮਿਲਦੇ ਰਹਾਂਗੇ ਜੀ। ਸੋ ਜਾਂਦੇ ਹੋਏ ਇੱਕ ਵਾਰੀ ਕਮੈਂਟ ਕਰਕੇ ਜ਼ਰੂਰ ਦੱਸਿਓ ਸਾਡੀ ਵੀਡੀਓ ਤੁਸੀਂ ਕਿੱਥੋਂ ਕਿੱਥੋਂ ਵਾਚ ਕੀਤੀ ਹੈ ਜੀ। ਸੋ ਚੰਗਾ ਜੀ, ਸਤਿ ਸ਼੍ਰੀ ਅਕਾਲ।